ਅੱਜ ਕੀ ਹਾਲ ਚਾਲ ਤੁਸੀਂ ਦੇਖ ਰਹੇ ਹੋ ਚਰਦੀ ਗੱਲਾਂ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਖਾਸ ਮੌਕਾ 'ਚ ਖਾਸ ਕਿਉਂ ਹੈ ਖਾਸ ਤਾਂ ਖਾਸ ਗੱਲਾਂ ਹੁੰਦੀਆਂ ਨੇ ਇਸ ਪ੍ਰੋਗਰਾਮ 'ਚ ਔਰ ਖਾਸ-ਖਾਸ ਬੰਦੇ ਇਸ ਪ੍ਰੋਗਰਾਮ 'ਚ ਲੈ ਕੇ ਆਣੇ ਆ ਤੁਹਾਡੇ ਨਾਲ ਹਰੂ-ਬਰੂ ਕਰਦੇ ਆ ਔਰ ਅੱਜ ਦਾ ਜਿਹੜਾ ਖਾਸ ਵਿਸ਼ਾ ਹੈ ਜਿਸ ਦੇ ਉੱਪਰ ਆਪਾਂ ਗੱਲ ਕਰਨ ਵਾਲੇ ਆ ਉਹ ਹੈ ਜੀ ਅਕਸਰ ਆਪਾਂ ਗੱਲ ਕਰਦੇ ਹੁੰਨੇ ਆ ਔਰਤਾਂ ਦੀ ਬਰਾਬਰੀ ਦੀ ਕਿ ਹਨਾ ਔਰਤਾਂ ਨੂੰ ਸਮਾਜ ਦੇ ਵਿੱਚ ਬਰਾਬਰੀ ਦਾ ਦਰਜਾ ਮਿਲਣਾ ਚਾਹੀਦਾ ਔਰ ਇਹ ਚੀਜ਼ ਕਿਤੇ ਨਾ ਕਿਤੇ ਪੋਸੀਬਲ ਵੀ ਹੋਈ ਹੈ ਹੋ ਗਈ ਰਹੀ ਹੈ ਔਰ ਅੱਗੇ ਵੀ ਸਾਡਾ ਦੇਸ਼ ਹੋਰ ਵੀ ਪਰਫੁੱਲਤ ਹੋ ਰਿਹਾ ਹੈ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਕਸਰ ਔਰਤਾਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਹਨਾ ਘਰ ਦੀ ਰਸੋਈ ਤੋਂ ਲੈ ਕੇ ਜਾਂ ਘਰ ਦੀ ਹੋਰ ਵੀ ਕੋਈ ਜ਼ਿੰਮੇਵਾਰੀ ਹੋਵੇ ਜਿਸ ਨੂੰ ਕਿ ਬਹੁਤ ਹੀ ਬਖੂਬੀ ਨਿਭਾਉਂਦੀਆਂ ਨੇ ਮਾਦਾ ਦਰਜਾ ਹੈ ਨਾ ਮਾਦਾ ਦਰਜਾ ਇੱਕ ਸਭ ਤੋਂ ਵੱਡਾ ਦਰਜਾ ਹੁੰਦਾ ਹੈ ਔਰ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਔਰ ਧਿਆਨ ਰੱਖਣ ਦੇ ਵਿੱਚ ਸੋ ਇਹੀ ਚੀਜ਼ ਆ ਤੁਸੀਂ ਆਪ ਸੋਚੋ ਕਿ ਜੇ ਪੂਰੇ ਦੇਸ਼ ਦੇ ਵਿੱਚ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਯੋਗਦਾਨ ਮਿਲੇ ਔਰ ਮਿਲ ਵੀ ਰਹਿ ਜੇ ਖੇਡਾਂ ਦੀ ਗੱਲ ਕੀਤੀ ਜਾਏ ਹਾਕੀ ਦੀ ਗੱਲ ਕੀਤੀ ਜਾਏ ਕ੍ਰਿਕਟ ਦੀ ਗੱਲ ਕੀਤੀ ਜਾਏ ਜਾਂ ਹੋਰ ਕਿਸੇ ਵੀ ਗੇਂਦ ਦੀ ਗੱਲ ਕਰ ਲੋ ਤੁਸੀਂ ਆਪ ਦੇਖੋ ਕਿੰਨੇ ਕਿੰਨੀਆਂ ਉਪਲਬਧੀਆਂ ਤੇ ਨੇ ਸਾਡੀਆਂ ਜਿਹੜੀਆਂ ਫੀਮੇਲਸ ਨੇ ਔਰਤਾਂ ਨੇ ਔਰ ਕਿਸ ਲੈਵਲ ਤੱਕ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਔਰ ਹੁਣ ਜੇ ਮੈਂ ਗੱਲ ਕਰਾਂ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਸਾਡੇ 23 ਜ਼ਿਲ੍ਹਿਆਂ ਦੇ ਵਿੱਚ ਆਲਮੋਸਟ 11 ਜ਼ਿਲ੍ਹਿਆਂ 'ਚ ਜਿਹੜੀਆਂ ਸਾਡੀਆਂ ਡੀਸੀਜ਼ ਨੇ ਇਹ ਸਾਡੀਆਂ ਫੀ ਯਾਨੀ ਕਿ ਔਰਤਾਂ ਨੇ ਸੋ ਉਹਨਾਂ ਵਿੱਚੋਂ ਜਿਹੜੀਆਂ achar ਨੇ ਉਹ ਸਾਡੇ ਆਲਮੋਸਟ ਪਟਿਆਲਾ ਪੰਜਾਬ ਤੋਂ ਨੇ ਤੇ ਅੱਜ ਇਹ ਹੀ ਨਾਰੀ ਸ਼ਕਤੀ ਵਿਮਨ ਪਾਵਰ ਦੇ ਉੱਪਰ ਅਸੀਂ ਗੱਲ ਕਰਾਂਗੇ ਜਿਸ ਦੇ ਉੱਪਰ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਉਜਾਗਰ ਸਿੰਘ ਜੀ ਸੋ ਸਭ ਤੋਂ ਪਹਿਲਾਂ ਉਜਾਗਰ ਸਿੰਘ ਜੀ ਦਾ ਸਵਾਗਤ ਕਰਦੇ ਆਂ ਪ੍ਰੋਗਰਾਮ ਖਾਸ ਮੁਲਾਕਾਤ 'ਚ ਸਤਿ ਸ਼੍ਰੀ ਅਕਾਲ ਉਜਾਗਰ ਸਿੰਘ ਜੀ ਸਤਿਕਾਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੇ ਉਜਾਗਰ ਜੀ ਜਿਸ ਤਰ੍ਹਾਂ ਕਿ ਮੈਂ ਦੱਸ ਹੀ ਚੁੱਕਾ ਦਰਸ਼ਕਾਂ ਨੂੰ ਕਿ ਗੱਲ ਆਪਾਂ ਵੂਮਨਸ ਦੇ ਉੱਪਰ ਗੱਲ ਕਰਨੀ ਹੈ ਕਿ ਜਿਹੜ ਔਰਤਾਂ ਨੂੰ ਬਰਾਬਰੀ ਦਾ ਦਰਜਾ ਅਸੀਂ ਕਹਿੰਦੇ ਰਹੇ ਹਾਂ ਚਲੋ ਕਿਤੇ ਨਾ ਕਿਤੇ ਹੁਣ ਉਹ ਚੀਜ਼ ਹੋ ਚੁੱਕੀ ਹੈ ਹੋ ਵੀ ਰਹੀ ਹੈ ਅੱਗੇ ਵੀ ਚੱਲ ਰਹੀ ਹੈ ਤੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ 11 ਔਰਤਾਂ ਨੂੰ ਡੀਸੀ ਚੁਣਿਆ ਗਿਆ ਠੀਕ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਦੱਸੋ ਉਸ ਤੋਂ ਬਾਅਦ ਤੁਹਾਡੇ ਆਰਟੀਕਲ ਤੇ ਆਵਾਂਗੇ ਰਿਤਮ ਜੀ ਗੱਲ ਇਹ ਹੈ ਵੀ ਭਾਰਤੀ ਜਿਹੜੀ ਸੰਸਕ੍ਰਿਤੀ ਹੈ ਭਾਰਤੀ ਜਿਹੜੀ ਵਿਰਾਸਤ ਹੈ ਹਾਂਜੀ ਉਹਦੇ ਵਿੱਚ ਅਸੀਂ ਜਦੋਂ ਦੇਖਦੇ ਆ ਰਹੇ ਹਾਂ ਕਿ ਲੜਕੀਆਂ ਨੂੰ ਬਹੁਤ ਇੰਪੋਰਟੈਂਸ ਨਹੀਂ ਦਿੱਤੀ ਗਈ ਉਹ ਹਮੇਸ਼ਾ ਮੈਂ ਅਸੀਂ ਇਤਿਹਾਸ ਵੀ ਪੜਦੇ ਆ ਰਹੇ ਸੁਣਦੇ ਆ ਰਹੇ ਹਾਂ ਤੇ ਬੱਚੀਆਂ ਨੂੰ ਜੰਮਦਿਆਂ ਨੂੰ ਹੀ ਮਾਰ ਦਿੱਤਾ ਜਾਂਦਾ ਸੀ ਜੀ ਇਹ ਬੜੀ ਮੰਦਪਾਗੀ ਗੱਲ ਸੀ ਜੀ ਪਰ ਹੁਣ ਕਿਉਂਕਿ ਸਮੇਂ ਦੇ ਨਾਲ ਚੇਂਜ ਆਈ ਤਬਦੀਲੀ ਆਈ ਤੇ ਲੜਕੀਆਂ ਨੂੰ ਅਸੀਂ ਪੜਾਉਣ ਵੀ ਲੱਗੇ ਤੇ ਪੜਾਉਣ ਕੀ ਲਾਗੇ ਲੜਕੀਆਂ ਪੜਨ ਕੇ ਅੱਗੇ ਲੰਘੀਆਂ ਜੀ ਕਿ ਲੜਕਿਆਂ ਨਾਲੋਂ ਕਾਫੀ ਅੱਗੇ ਆਪਾਂ ਦੇਖਦੇ ਹਾਂ ਇਮਤਿਹਾਨਾਂ ਦੇ ਰਿਜ਼ਲਟ ਆਉਂਦੇ ਨੇ ਕਿਸੇ ਕੰਪੀਟੀਸ਼ਨ ਜਾਂ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਅੱਗੇ ਫਸਟ ਸੈਕੰਡ 'ਚ ਲੜਕੀਆਂ ਹੀ ਆਉਂਦੀਆਂ ਨੇ ਇਸ ਕਰਕੇ ਮੇਰੇ ਮਨ ਦੇ ਵਿੱਚ ਆਇਆ ਵੀ ਜੇ ਹੁਣ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੇ ਇੰਨੀ ਤਰੱਕੀ ਕੀਤੀ ਹੈ ਤੇ ਉਹਨਾਂ ਨੂੰ ਚੰਗੀਆਂ ਖਾਮਾਂ ਤੇ ਨੌਕਰੀਆਂ ਲੱਗ ਰਹੀਆਂ ਨੇ ਤੇ ਮੈਂ ਕਿਉਂਕਿ ਪਬਲਿਕ ਰਿਲੇਸ਼ਨ ਦੇ ਵਿੱਚ ਰਿਹਾ ਮੈਂ ਦੇਖਿਆ ਵੀ ਪੰਜਾਬ ਦੇ ਵਿੱਚ ਪਬਲਿਕ ਰਿਲੇਸ਼ਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਮੈਂ ਦੇਖ ਰਿਹਾ ਕਿ ਸਾਰੇ ਡਿਪਟੀ ਕਮਿਸ਼ਨਰ ਮੋਸਟਲੀ ਮਰਦ ਹੁੰਦੇ ਨੇ ਜੀ ਇਹ ਜਦੋਂ ਉਹ ਕਾਰਨ ਕੀ ਆ ਉਹਦਾ ਕਾਰਨ ਇਹ ਵੀ ਜਿਹੜੇ ਅਫੀਸਰ ਜਦੋਂ ਇਹਨਾਂ ਦੀ ਨਿਯੁਕਤੀ ਆਉਂਦੀਆਂ ਨੇ ਜ਼ਿਲ੍ਹਿਆਂ ਦੀ ਇਹ ਤਾਂ ਡੀਸੀ ਆਮ ਅਫਸਰਾਂ ਬਾਰੇ ਵੀ ਇਹ ਸੋਚਿਆ ਜਾਂਦਾ ਕਿ ਇਹ ਫੀਲਡ ਦੇ ਵਿੱਚ ਕੰਮ ਨਹੀਂ ਕਰ ਸਕਦੀਆਂ ਤੇ ਇਹਨਾਂ ਨੂੰ ਇਹ ਡਿਊਟੀ ਨਾ ਦਿੱਤੀ ਜਾਵੇ ਜੀ ਤੇ ਮੈਂ ਮਹਿਸੂਸ ਕੀਤਾ ਵੀ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰ ਇਹ ਬੜੀ ਵੱਡੀ ਗੱਲ ਕੀਤੀ ਹੈ ਹੂੰ ਕਿ 23 ਜ਼ਿਲ੍ਹਿਆਂ ਚੋਂ 11 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਡਿਪਟੀ ਕਮਿਸ਼ਨਰ ਲਾਤੀਆਂ ਨੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਿਰਫ ਇੱਕ ਵਾਰ ਇਹ ਪਹਿਲਾਂ ਸਭ ਤੋਂ ਵੱਡੀ ਮਹਾਜਨ ਜਿਹੜੀ ਰੋਪੜ ਦੀ ਡਿਪਟੀ ਕਮਿਸ਼ਨਰ ਲੱਗੀ ਸੀ ਮੇਰੇ ਇਲਾਕੇ ਚ ਉਸ ਤੋਂ ਬਾਅਦ ਮੈਂ ਕੋਈ ਦੇਖੀ ਨਹੀਂ ਤੇ ਆ ਪਹਿਲੀ ਵਾਰ ਆ ਜਿਉਂ ਜਿਉਂ ਹੁਣ ਪਿੱਛੇ ਦੇ ਸਾਲ ਪੰਜ ਚਾਰ ਸਾਲਾਂ ਤੋਂ ਡਿਪਟੀ ਕਮਿਸ਼ਨਰ ਲਾਉਣ ਲੱਗੇ ਨੇ ਪਰ ਐਤ ਕੀ ਇਹ ਪਹਿਲੀ ਵਾਰ ਆ ਵੀ ਇਹ ਸਰਕਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦੇਣੀ ਚਾਹੀਦੀ ਹੈ ਕਿ ਇਹ ਸਰਕਾਰ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਕਿਉਂਕਿ 23 ਦੇ ਵਿੱਚੋਂ 11 ਦਾ ਲੱਗਣਾ ਇਹਦਾ ਮਤਲਬ 49% ਦੇ ਕਰੀਬ ਹੈ ਜਿਹੜੀ ਆਲਮੋਸਟ 50 ਕਹਿ ਸਕਦੇ ਆਪਾਂ ਹਾਂ ਇਹ 50 ਵਰਗਾ ਹੀ ਹੈ ਤੇ ਉਹਨਾਂ ਨੂੰ ਲਾਤਾ ਤੇ ਇਹ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਨੂੰ ਹੁਣ ਇੱਕ ਗੱਲ ਇਹ ਆ ਵੀ ਰਿਦਮ ਜੀ ਜੇ ਕਿਸੇ ਵਿਅਕਤੀ ਨੂੰ ਕੰਮ ਕਰਨ ਨੂੰ ਤੁਸੀ ਮੌਕਾ ਨਹੀਂ ਮਿਲੇਗਾ ਉਹ ਆਪਣੀ ਕਾਬਲੀਅਤ ਕਿੱਥੋਂ ਦਿਖਾਏਗਾ ਕਾਬਲੀਅਤ ਕਿੱਥੋਂ ਦਿਖਾਏ ਬਿਲਕੁਲ ਜੇ ਇਹਨਾਂ ਨੂੰ ਮੌਕਾ ਮਿਲਿਆ ਤੇ ਉਹਨੇ ਕਾਬਲੀਅਤ ਦਿਖਾਉਣਗੀਆਂ ਦਿਖਾ ਰਹੀਆਂ ਨੇ ਤੇ ਇਸ ਕਰਕੇ ਇਹ ਮੌਕੇ ਦਾ ਮਤਲਬ ਇਸ ਦਾ ਮੈਂ ਇਸ ਗੱਲ ਦੀ ਬਹੁਤ ਮੁਬਾਰਕਬਾਦ ਦਿੰਦਾ ਮੈਂ ਪੰਜਾਬ ਔਰਤਾਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਜੇ ਉਹ ਪੜੀਆਂ ਕੰਪੀਟੀਸ਼ਨ ਚ ਆਈਆਂ ਆਈਐਸ ਬਣੀਆਂ ਤੇ ਡਿਪਟੀ ਕਮਿਸ਼ਨਰ ਹੋ ਲੱਗੀਆਂ ਤੇ ਇਸ ਕਰਕੇ ਮੈਂ ਇਹ ਲੇਖ ਲਿਖਣ ਬਾਰੇ ਸੋਚਿਆ ਹਾਂਜੀ ਕਿਤੇ ਨਾ ਕਿਤੇ ਅੱਜ ਵੀ ਉਜਾਗਰ ਜੀ ਮੈਂ ਮੈਂ ਤਾਂ ਕੀ ਬਹੁਤ ਸਾਰੇ ਦਰਸ਼ਕ ਇਹ ਚੀਜ਼ ਫੀਲ ਵੀ ਕਰਦੇ ਹੋਣੇ ਆ ਤੁਸੀਂ ਵੀ ਆਬਜ਼ਰਵ ਕੀਤੀ ਹੋਣੀ ਆ ਹੱਲੇ ਵੀ ਕੁਝ ਇਲਾਕੇ ਇਦਾਂ ਦੇ ਹੈਗੇ ਆ ਜਿੱਥੇ ਬਚਪਨ ਤੋਂ ਹੀ ਜਿਹੜੀਆਂ ਧੀਆਂ ਨੇ ਕੁੜੀਆਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਚੀਜ਼ ਬਿਠਾਈ ਜਾਂਦੀ ਹੈ ਕਿ ਤੁਸੀਂ ਵੱਡੇ ਹੋਏ ਹੋ ਵਿਆਹ ਹੋ ਜਾਣਾ ਉਸ ਤੋਂ ਬਾਅਦ ਤੁਸੀਂ ਘਰ ਦਾ ਚੁੱਲ੍ਹਾ ਚੌਂਕਾ ਹੀ ਸੰਭਾਲਣਾ ਹੈ ਕਿਤੇ ਨਾ ਕਿਤੇ ਜਿਹੜੇ ਬੱਚੇ ਹੁੰਦੇ ਆ ਕੁੜੀਆਂ ਹੁੰਦੀਆਂ ਔਰਤਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਆਪਦੇ ਜਿਹੜੇ ਅੰਦਰ ਦੇ ਸ਼ੌਂਕ ਹੁੰਦੇ ਆ ਜਿਵੇਂ ਕਿ ਕੁਝ ਕਰਨਾ ਚਾਹੁੰਦੇ ਹੁੰਦੇ ਆ ਲਾਈਫ 'ਚ ਪੜਨਾ ਚਾਹੁੰਦੇ ਹੁੰਦੇ ਆ ਜਿਵੇਂ ਆਪਦਾ ਮਾਪਿਓ ਦਾ ਨਾਮ ਰੋਸ਼ਨ ਕਰਨਾ ਹੈ ਕਿਸੇ ਖੇਡਾਂ ਦੇ ਵਿੱਚ ਜਾਣਾ ਹੈ ਜਾਂ ਕਿਸੇ ਹੋਰ ਪਾਸੇ ਜਾਣਾ ਚਾਹੁੰਦੇ ਕਿਸੇ ਹਾਲ ਫੀਲਡ ਦੇ ਵਿੱਚ ਸੋ ਉਹਨਾਂ ਦੀਆਂ ਉਹ ਚੀਜ਼ਾਂ ਛੋਟੀਆਂ-ਛੋਟੀਆਂ ਰਹਿ ਜਾਂਦੀਆਂ ਨੇ ਸੋ ਉਹਦੇ ਪਿੱਛੇ ਦਾ ਕਾਰਨ ਕੀ ਲੱਗਦਾ ਹੈ ਕਿ ਉਹਦੇ ਵਿੱਚ ਇਹ ਚੀਜ਼ ਕਾਰਗਰ ਸਾਬਿਤ ਹੋਏਗੀ ਉਹਨਾਂ ਨੂੰ ਇਹ ਮੋਟੀਵੇਸ਼ਨ ਮਿਲੇਗੀ ਉਹਨਾਂ ਪਰਿਵਾਰਾਂ ਨੂੰ ਕਿ ਆਪਣੇ ਧੀਆਂ ਨੂੰ ਉਹ ਸਪੋਰਟ ਕਰਨ ਬਿਲਕੁਲ ਰਿਦਮ ਜੀ ਹੁਣ ਤੱਕ ਤਾਂ ਬਿਲਕੁਲ ਇੱਥੇ ਜੋ ਤੁਸੀਂ ਦੱਸਿਆ ਨਾ ਹਾਂ ਪਰਵਾਰਾਂ ਦੇ ਵਿੱਚ ਆਪਾਂ ਵੀ ਪਰਿਵਾਰਾਂ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਦੇਖਦੇ ਹਾਂ ਜਿਸ ਘਰ ਦੇ ਵਿੱਚ ਲੜਕੀ ਹੁੰਦੀ ਆ ਜੀ ਉਹਨੂੰ ਸ਼ੁਰੂ ਤੋਂ ਹੀ ਜਦ ਮਾੜੀ ਜੀ ਉਹ ਹੁਸ਼ਿਆਰ ਹੋਣ ਲੱਗਦੀ ਆ ਉਹਨੂੰ ਸਿੱਖਿਆ ਦੇਣ ਲੱਗ ਜਾਂਦੇ ਨੇ ਵੀ ਤੇਰਾ ਕੰਮ ਤਾਂ ਇਹ ਵੈਸੇ ਜਿਹੜੀਆਂ ਲੜਕੀਆਂ ਦਾ ਜੇ ਮੈਂ ਕਹਾਵਾਂਗਾ ਇਹਨਾਂ ਦੀਆਂ ਜਿਹੜੀਆਂ ਦੁਸ਼ਮਣ ਨੇ ਉਹਨਾਂ ਦੇ ਮਾਮਾ ਹੀ ਨੇ ਜੀ ਉਹੀ ਉਹਨਾਂ ਨੂੰ ਸਿੱਖਿਆ ਦੇਣ ਲੱਗ ਜਾਂਦੇ ਆ ਨੇ ਵੀ ਤੁਸੀਂ ਐ ਨਹੀਂ ਕਰਨਾ ਤੁਸੀਂ ਬਾਹਰ ਨਹੀਂ ਜਾਣਾ ਤੁਸੀਂ ਇੱਧਰ ਨਹੀਂ ਦੇਖਣਾ ਸੀ ਉੱਧਰ ਨਹੀਂ ਦੇਖਣਾ ਤੁਸੀਂ ਹੱਸਣਾ ਨਹੀਂ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਮਤਲਬ ਉਹਨਾਂ ਦੇ ਵਿੱਚ ਇਨਫੀਰੀਟੀ ਕੰਪਲੈਕਸ ਜਿਹੜਾ ਅਸੀਂ ਉਹ ਪਾਉਂਦੇ ਆ ਫੈਮਲੀ ਉਹ ਪਰਉਂਦੀਆਂ ਨੇ ਤੇ ਪਰ ਇਹ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਵੀ ਜਿਹੜੀ ਇਹ ਹੁਣ ਇਹ ਉਹਨਾਂ ਦੇ ਦਿਮਾਗ ਦੇ ਵਿੱਚੋਂ ਨਿਕਲੇਗਾ ਹੁਣ ਲੜਕੇ ਦੇਖੋ ਤੁਸੀਂ ਅੱਜ ਵੀ ਦੇਖ ਰਹੇ ਹੋ ਆ ਆਪਾਂ ਅਖਬਾਰਾਂ 'ਚ ਪੜ੍ਹਦੇ ਰਹੇ ਆ ਆ ਪਿੱਛੇ ਜੇ ਇੱਕ ਅੰਮ੍ਰਿਤਸਰ ਜ਼ਿਲ੍ਹੇ ਚੋਂ ਗਰਦਾਸਪੁਰ ਚੋਂ ਇੱਕ ਲੜਕੀ ਕਿਤੇ ਰਾਤ ਬਾਹਰ ਕੱਟਿਆਈ ਤੇ ਉਸ ਨੂੰ ਉਸਦੇ ਬਾਪ ਨੇ ਮਾਰ ਕੇ ਪੋਟਸਾਈਕਲ ਦੇ ਉੱਪਰ ਘੜੀ ਸੀ ਕਿੱਡੀ ਵੱਡੀ ਮਤਲਬ ਟਰੈਜਡੀ ਆ ਇਹ ਸਾਡਾ ਸਮਾਜ ਅਜੇ ਤੱਕ ਮੈਨੂੰ ਇੱਕ ਗੱਲ ਤੇ ਸਮਝ ਨਹੀਂ ਆਉਂਦੀ ਰਿਤਮ ਜੀ ਹਰ ਬੰਦਾ ਇਨਸਾਨ ਹੈ ਜਿਹੜਾ ਇਹ ਸਮਾਜ ਦੇ ਵਿੱਚ ਆਇਆ ਉਹ ਔਰਤ ਦੇ ਗਰਭ ਚੋਂ ਆਇਆ ਜੀ ਤੇ ਫੇਰ ਪਤਾ ਨਹੀਂ ਔਰਤਾਰੇ ਕਿਉਂ ਇਦਾਂ ਦੀਆਂ ਸੋਚਦਾ ਗੱਲਾਂ ਉਹ ਬਿਲਕੁਲ ਕਿਉਂ ਔਰਤ ਨੂੰ ਮਾਰਾ ਕਹਿੰਦਾ ਜਾਂ ਮੈਂ ਕਹਿੰਦਾ ਵੀ ਸਾਡੇ ਨੌਜਵਾਨ ਕਿਉਂ ਔਰਤਾਂ ਨੂੰ ਇਹ ਇੰਜ ਇੰਜ ਗੱਲਾਂ ਸੋਚਦੇ ਨੇ ਨਾ ਬਾਰੇ ਜਿਸ ਕਰਕੇ ਇਹ ਜਿਹੜੀ ਹੈ ਬਹੁਤ ਵੱਡੀ ਜਾਨੀ ਔਰਤਾਂ ਦੀ ਇਹ ਅਚੀਵਮੈਂਟ ਆ ਰਿਜ਼ਮ ਜੀ ਵੀ ਜਿਹੜੀ ਕਿ ਉਹ ਸਮਾਜ ਦੇ ਵਿੱਚ ਉਹਨਾਂ ਨੂੰ ਐਡਾ ਵੱਡਾ ਰੁਤਬਾ ਮਿਲਿਆ ਪਹਿਲਾਂ ਸਿਰਫ ਕਮਿਸ਼ਨਰ ਤਾਂ ਲਾ ਦਿੰਦੇ ਸੀ ਈਦਾਂ ਤਾਂ ਮਤਲਬ ਭਾਰਤ ਦੀ ਪ੍ਰਾਈਮ ਮਿਨਿਸਟਰ ਵੀ ਔਰਤ ਰਹੀ ਹੈ ਪ੍ਰਾਈਮ ਮਿਨਿਸਟਰ ਦੀ ਪ੍ਰਿੰਸੀਪਲ ਸੈਕਟਰੀ ਜੀ ਨੂੰ ਕਹਿੰਦੇ ਨੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਾਂ ਸਟੇਟਾਂ ਦੇ ਵਿੱਚ ਉਹ ਵੀ ਸਰਲਾ ਗਰੇਵਾਲ ਰਹੀ ਹੈ ਪਰ ਉਹ ਉਹ ਬਤियां ਸਿਲੈਕਟਡ ਹੁੰਦੇ ਸੀ ਪਰਿਵਾਰ ਜਿਹੜੇ ਵੱਡੇ ਹਾਈ ਫਾਈ ਆਮ ਜਿਹੜੇ ਮੀਡੀਅਮ ਪਰਿਵਾਰ ਨੇ ਸਾਡੇ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਤਾਂ ਕੁੜੀ ਨੂੰ ਤਾਂ ਚਾਰ ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਸੀ ਇਹ ਹੁਣ ਇਹ ਬਾਹਰ ਨਿਕਲੇ ਨੇ ਮੈਂ ਲੜਕੀਆਂ ਨੂੰ ਵੀ ਬੇਨਤੀ ਕਰਾਂਗਾ ਉਹਨਾਂ ਨੂੰ ਵੀ ਸੁਝਾਅ ਦਵਾਂਗਾ ਕਿ ਜਿਹੜੀ ਆਜ਼ਾਦੀ ਉਹਨਾਂ ਨੂੰ ਮਿਲੀ ਹੈ ਇਸ ਦਾ ਉਹ ਨਜਾਇਜ਼ ਫਾਇਦਾ ਨਾ ਠਾਉਣ ਇਹ ਜਾਇਜ਼ ਫਾਇਦਾ ਠਾਉਣ ਜਿਵੇਂ ਲੜਕੀਆਂ ਜੇ ਅੱਗੇ ਆ ਰਹੀਆਂ ਨੇ ਇਮਤਿਹਾਨਾਂ 'ਚ ਫਸਟ ਆ ਰਹੀਆਂ ਨੇ ਇਹ ਲੜਕੀਆਂ ਜ਼ਰੂਰ ਇਹ ਲੜਕੀਆਂ ਤੋਂ ਪ੍ਰੇਰਣਾ ਲੜਗੀਆਂ ਜਿਹੜੇ ਇਹਨੇ ਡਿਪਟੀ ਕਮਿਸ਼ਨਰ ਲਈਆਂ ਨੇ ਕਿਉਂਕਿ ਡਿਪਟੀ ਕਮਿਸ਼ਨਰ ਜਿਹੜਾ ਹੁੰਦਾ ਤੁਹਾਨੂੰ ਵੀ ਪਤਾ ਹੈ ਡਿਪਟੀ ਕਮਿਸ਼ਨਰ ਜਿਹੜਾ ਦਾ ਹੈੱਡ ਕਲਾ ਹੈੱਡ ਨਹੀਂ ਹੁੰਦਾ ਉਹਦੀ ਜ਼ਿਲ੍ਹੇ ਦੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਉਹਦੇ ਸਿਰ ਹੁੰਦੀ ਆ ਉਹਨੇ ਸਾਰੇ ਜ਼ਿਲ੍ਹੇ ਦੇ ਜਿਹੜੇ ਅਫਸਰ ਹੁੰਦੇ ਨੇ ਡਿਵੈਲਪਮੈਂਟ ਨਾਲ ਤਾਲਕ ਉਹਦੇ ਅੰਡਰ ਕੰਮ ਕਰਦੇ ਨੇ ਇਸ ਕਰਕੇ ਲੜਕੀਆਂ ਨੂੰ ਪ੍ਰੇਰਣਾ ਮਿਲਣ ਲਈ ਕੁਦਰਤ ਹੀ ਆ ਵੀ ਦੇਖੋ ਸਾਡੀ ਜਦੋਂ ਪਿੰਡਾਂ ਜਾਂਦੀਆਂ ਨੇ ਇਹ ਲੜਕੀਆਂ ਜਿਹੜੀਆਂ ਡੀਸੀ ਨੇ ਕੰਮ ਕਰਦੀਆਂ ਨੇ ਉਹਦੇ ਅਫਸਰ ਸਾਰੇ ਆਲੇ-ਦਾਲ ਉਹਨਾਂ ਦਾ ਹੁਕਮ ਚੱਲਦਾ ਉਹ ਦੇਖਦੇ ਨੇ ਦੇਖੋ ਉਹਨਾਂ ਨੂੰ ਜ਼ਰੂਰ ਪ੍ਰੇਰਨਾ ਮਿਲੇਗੀ ਇਸ ਕਰਕੇ ਮੈਨੂੰ ਉਮੀਦ ਹੈ ਕਿ ਸਾਡੀਆਂ ਲੜਕੀਆਂ ਪੰਜਾਬ ਦੀਆਂ ਹੁਣ ਕੰਪੀਟੀਸ਼ਨ ਲੜਨਗੀਆਂ ਇਹਨਾਂ ਨੂੰ ਲੜਕਿਆਂ ਦੇਖ ਕੇ ਜਿਹੜੀਆਂ 11 ਲੱਗੀਆਂ ਨੇ ਪੰਜਾਬ ਦੇ ਵਿੱਚ ਤੇ ਉਹ ਵੀ ਅੱਗੇ ਆਉਣ ਦੀ ਕੋਸ਼ਿਸ਼ ਕਰਨਗੀਆਂ ਜੀ ਔਰ ਕਿਤੇ ਨਾ ਕਿਤੇ ਜਿੰਨੀਆਂ ਵੀ ਪੰਜਾਬ ਦੀਆਂ ਧੀਆ ਕਹਿ ਲੋ ਜਾਂ ਹੋਰ ਧੀਆ ਕਹਿ ਸਕਦੇ ਆ ਕਿ ਤੁਸੀਂ ਦੇਖੋ ਕਿੰਨਿਆਂ ਅੱਗੇ ਤੱਕ ਪਹੁੰਚ ਚੁੱਕਿਆ ਨੇ ਔਰਤियां ਔਰ ਕਿਤੇ ਨਾ ਕਿਤੇ 우ਜਾਗਰ ਜੀ ਇਹ ਜਿਹੜਾ ਮਾਂ ਪਿਓ ਦੇ ਦਿਲ ਦੇ ਵਿੱਚ ਇਹ ਡਰ ਰਹਿੰਦਾ ਸੀਗਾ ਕਿ ਉਹਨਾਂ ਦੀ ਸੇਫਟੀ ਸੁਰੱਖਿਆ ਨੂੰ ਲੈ ਕੇ ਕਿ ਪੰਜਾਬ ਦਾ ਮਾਹੌਲ ਹੈ ਜਾਂ ਕਿਸੇ ਹੋਰ ਸ਼ਹਿਰ ਦਾ ਮਾਹੌਲ ਨੂੰ ਲੈ ਕੇ ਕਹਿ ਸਕਦੇ ਹਾਂ ਜਿਸ ਤਰੀਕੇ ਦਾ ਅੱਜ ਕੱਲ ਮਾਹੌਲ ਚੱਲ ਰਿਹਾ ਹੈ ਪਰ ਤੁਸੀਂ ਆਪ ਸੋਚੋ ਕਿ ਇਹ ਮਾਹੌਲ ਨੂੰ ਕੀ ਉਹ ਜਿਹੜੇ ਡੀਸੀ ਨੇ ਇੱਕ ਤਾਂ ਉਹ ਹੈ ਕਿ ਜਿਹੜੇ ਜਿਨ੍ਹਾਂ ਨੂੰ ਡਰ ਦਾ ਮਾਹੌਲ ਫੀਲ ਹੋ ਰਿਹਾ ਔਰ ਇੱਕ ਇੱਕ ਇਹਨਾਂ ਨੂੰ ਨਿਰਤਾਰੀ ਦੀ ਕਰ ਦੇਣਾ ਅਥੇ ਸਾਡੀ ਸਰਕਾਰ ਚਲਾਗਾ ਯੋਗ ਹੈ ਆਪਣੇ ਚਲਾਗਾ ਦੀ ਪਾਤਰ ਹੈ ਕਿ ਜਿਨ੍ਹਾਂ ਨੇ ਉਹ ਡਾਰੀ ਖਤਮ ਕਰਤਾ ਕਿ ਤੁਸੀਂ ਆਪ ਦੇਖੋ ਕਿ ਪੂਰੇ ਜ਼ਿਲ੍ਹੇ ਦਾ ਧਾਰਮਦਾਰ ਉਹਨਾਂ ਦੇ ਹੱਥ ਚ ਹੀ ਦੇਤਾ ਬਿਲਕੁਲ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਜਿਹੜੀ ਅਕਦਰ ਜਿਹੜੀ ਕਿ ਰਿਸਪੈਕਟ ਹੈ ਊਮੈਨਸ ਲਈ ਸਾਨੂੰ ਸਾਡੇ ਦਿਲ ਚ ਵੀ ਵੱਧਦੀ ਹੈ ਸੋ ਇਥੋਂ ਸਾਨੂੰ ਹੱਲਾਸ਼ੇਰੀ ਵੀ ਮਿਲਦੀ ਹੈ ਹੋਰ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਆ ਤੁਹਾਨੂੰ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਪ੍ਰਤੀ ਜਾਣਕਾਰੀ ਨਹੀਂ ਹੁੰਦੀ ਸੋ ਤਾਂ ਕਰਕੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਂਦੇ ਆ ਜਾਂ ਜਿਹਦੇ ਕਰਕੇ ਤੁਹਾਡੇ ਜਿਹੜੇ ਦਿਲ ਦੇ ਬਲਵਲੇ ਹੁੰਦੇ ਆ ਜਾਂ ਜਿਹੜੇ ਵਹਿਮ ਜਾਂ ਕੁਝ ਵੀ ਡਾਊਟ ਹੈ ਉਹ ਕਲੀਅਰ ਹੋ ਸਕਣ ਸੋ ਆਰਟੀਕਲ ਲਿਖਿਆ ਸੀਗਾ ਤੁਸੀਂ ਪਰ ਆਰਟੀਕਲ ਦੇ ਵਿੱਚ ਜਿਹੜੀਆਂ ਪਟਿਆਲੇ ਦੇ ਅਚਾਰ ਜਿਹੜੀਆਂ ਕੁੜੀਆਂ ਨੇ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਡੀਸੀ ਚੁਣਿਆ ਗਿਆ ਉਹਨਾਂ ਦਾ ਹੀ ਮੋਸਟਲੀ ਜ਼ਿਕਰ ਕੀਤਾ ਉਹਨਾਂ ਤੇ ਲਿਖਿਆ ਇਹਦਾ ਕਾਰਨ ਕੀ ਆ ਉਜਾਗਰ ਜੀ ਉਹਦਾ ਐਵੇਂ ਆ ਜੀ ਮੈਂ ਰਿਤਮ ਜੀ ਪਟਿਆਲੇ ਦੇ ਵਿੱਚ ਮੈਂ ਬਹੁਤ ਲੰਮੀ ਸਰਵਿਸ ਆ ਮੇਰੀ ਮੈਂ ਅਸਿਸਟੈਂਟ ਪਬਲਿਕਲੇਸ਼ਨ ਅਫਸਰ ਪਟਿਆਲੇ ਸੀ ਤੇ ਡਿਸਟ੍ਰਿਕਟ ਪਬਲਿਕਲੇਸ਼ਨ ਅਫਸਰ ਵੀ ਮੈਂ ਪਟਿਆਲੇ ਹੀ ਰਿਹਾ ਹਾਂ ਇਸ ਕਰਕੇ ਮੈਂ ਦੇਖਦਾ ਰਿਹਾ ਜੀ ਵੀ ਲੜਕੀਆਂ ਜਿਹੜੀਆਂ ਜੀ ਇੱਥੇ ਕੰਮ ਕਰਦੀ ਸੀ ਚਾਰੇ ਜਿਹੜੀਆਂ ਜਿਨ੍ਹਾਂ ਦੀ ਮੈਂ ਗੱਲ ਕਰਦਾ ਜੀ ਇਹ ਚਾਰੇ ਪਟਿਆਲੇ ਨਾਲ ਸੰਬੰਧਿਤ ਨੇ ਇਹਨਾਂ ਦੀ ਬੈਕਗ੍ਰਾਉਂਡ ਭਾਵੇਂ ਕਿਤੇ ਹੋਰ ਕਿਸੇ ਜ਼ਿਲ੍ਹੇ ਦਾ ਹੋਵੇ ਪਰ ਪਟਿਆਲੇ ਆ ਕੇ ਸੈਟਲ ਹੋ ਗਏ ਜੀ ਇਹ ਪਟਿਆਲੇ ਇਹਨਾਂ ਦੇ ਵਿੱਚੋਂ ਤਿੰਨ ਤਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਪਟਿਆਲੇ ਕੋਈ ਐਸਡੀਐਮ ਹੂੰ ਕੋਈ ਜੀਏ ਕੋਈ ਐਗਜ਼ੈਕਟਿਵ ਮੈਜਿਸਟਰੇਟ ਜੀ ਕੋਈ ਹੋਰ ਕਿਸੇ ਅਹੁਦੇ ਤੇ ਉਹ ਉਹ ਇਹਨਾਂ ਤੇ ਉਹਨਾਂ ਦੇ ਕੰਮ ਕਰਦੀਆਂ ਰਹੀਆਂ ਨੇ ਉਹ ਜੀ ਇਸ ਕਰਕੇ ਮੈਂ ਉਹਨਾਂ ਨੂੰ ਬੜਾ ਨੇੜੇੋਂ ਦੇਖਿਆ ਜੀ ਤੇ ਉਹਨਾਂ ਦੇ ਕੰਮ ਦੀ ਮੈਂ ਮਤਲਬ ਦੇਖ ਕੇ ਜਿੰਨੀ ਡੈਡੀਕੇਸ਼ਨ ਸੀਗੀ ਤਾਂ ਮੈਂ ਉਹਨਾਂ ਦੇ ਬਾਰੇ ਇਹ ਲਿਖਿਆ ਹੁਣ ਮੈਂ ਦੇਖੋ ਤੁਹਾਨੂੰ ਇਹਨਾਂ ਚਾਰਾਂ ਦੇ ਵਿੱਚੋਂ ਦੱਸਦਾ ਤੁਹਾਡੇ ਸਾਹਮਣੇ ਆ ਬਈ ਪੂਨਮਦੀਪ ਇਹ ਕੁੜੀ ਪੂਨਮਦੀਪ ਕੌਰ ਹਾਂਜੀ ਉਹਦਾ ਜਿਹੜਾ ਫਾਦਰ ਸੀ ਉਹ ਦੇਸ਼ ਭਗਤ ਸੀਗਾ ਹੂੰ ਕੁਲਵੀਰ ਸਿੰਘ ਜੀ ਸਨਾਮ ਤੋਂ ਸੀ ਇੱਥੇ ਆ ਗਿਆ ਉਹ ਲੜਕੀ ਦਾ ਜਿਹੜਾ ਹਸਬੰਡ ਸੀਗਾ ਉਹ ਮਨਵਿੰਦਰ ਸਿੰਘ ਮੇਜਰ ਸੀਗਾ ਆਰਮੀ ਦੇ ਵਿੱਚ ਜੀ ਉਹ ਆਰਮੀ ਦੇ ਵਿੱਚੋਂ ਆ ਕੇ ਉਹ ਲੜਕੀ ਹੈ ਜਿਹੜੀ ਉਹਦਾ ਹਸਬੰਡ ਉਹ ਸ਼ਹੀਦ ਹੋ ਗਿਆ ਉਸ ਤੇ ਬੇਸ ਤੇ ਉਹਨੂੰ ਇੱਥੇ ਰੱਖਿਆ ਗਿਆ ਜੀ ਉਹ ਪੀਸੀਐਸ ਬਣੀ ਪੀਸੀਐਸ ਤੋਂ ਆਇਆ ਉਹ ਮੈਂ ਉਸਨੂੰ ਇੱਥੇ ਜੀਏ ਦੇ ਕੰਮ ਕਰਦੇ ਵੀ ਐਸਜੀਐਮ ਦੇ ਕੰਮ ਕਰਦੇ ਵੀ ਦੇਖਿਆ ਬਹੁਤ ਨੇੜਿਆਂ ਦੇਖਿਆ ਉਹਨਾਂ ਦਾ ਕੰਮ ਬਹੁਤ ਅੱਛਾ ਸੀ ਇਸ ਕਰਕੇ ਮੈਂ ਉਹ ਲਿਖਣ ਦਾ ਇਹ ਸੋਚਿਆ ਕਿਆ ਬਾਤ ਹੈ ਔਰ ਰੀਅਲ ਕਹਿੰਦੇ ਕਿ ਕਿਸੇ ਦੀ ਜੀਵਨੀ ਦੇ ਉੱਪਰ ਤੁਸੀਂ ਜੇ ਨੇੜਿਓਂ ਹਨਾ ਦੇਖਦੇ ਹੋ ਕਿਸੇ ਦੀ ਜੀਵਨੀ ਨੂੰ ਤਾਂ ਤੁਹਾਨੂੰ ਖੁਦ ਨੂੰ ਵੀ ਇੱਕ એનર્ਜੀ ਮਿਲਦੀ ਅੰਦਰੋਂ ਔਰ ਤੁਸੀਂ ਉਸ ਚੀਜ਼ ਤੋਂ ਇਨਸਪਾਇਰ ਹੋਏ ਹੋ ਤੁਸੀਂ ਇਹ ਚੀਜ਼ ਨੂੰ ਦੱਸਿਆ ਵੀ ਹੈ ਔਰ ਆਪਣੇ ਆਪ ਤੇ ਵੀ ਕਦੀ ਲੈ ਕੇ ਦੇਖੋ ਕਹਿੰਦੇ ਆ ਕਿ ਨੈਵਰ ਗਿਵ ਅਪ ਕਿ ਕਦੀ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ ਜੇ ਸੰਘਰਸ਼ ਕਰਦੇ ਰਹਾਂਗੇ ਤਾਂ ਹੀ ਆਪਦੀ ਮੰਜ਼ਿਲ ਨੂੰ ਪਾ ਸਕਾਂਗੇ ਸੋ ਇਦਾਂ ਦੀਆਂ ਕੁਝ ਹੋਰ ਗੱਲਾਂ ਜਾਰੀ ਰਹਿਣਗੀਆਂ ਉਹ ਜਾਗਰ ਸਿੰਘ ਜੀ ਦੇ ਨਾਲ ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦਾ ਜਾਣਾ ਕਿਤੇ ਨਹੀਂ ਆ ਮਿਲਦੇ ਆ ਬ੍ਰੇਕ ਤੋਂ ਬਾਅਦ ਯੋ ਮਟਕਾ ਕੁਲ ਵੀ ਆ ਜਾਓ ਮਟਕਾ ਕੁਲ ਵੀ ਆ ਜਾਓ ਕੋਇਆ ਕੁਲ ਵੀ ਆ ਜਾਓ ਲਾਈ ਕੁਲ ਵੀ ਆ ਜਾਓ ਵੱਡੇ ਦਿਲ ਦੇ ਬੰਦੇ ਐ ਸੀ ਵੱਡੇ ਸਾਡੇ ਕੰਮ ਖੁਸ਼ ਹਾਂ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ ਕਰ ਦੁਆਰਾ ਹੋ ਜਵੇ ਸੈਮ ਸੌਂ ਹਾਂ ਚੱਲ ਜੰਨ ਜੇ ਫਨ ਹੋਏ ਆਜੋ ਸਾਡੇ ਸ਼ੋਤੇ ਕਰ ਲੋ ਤੁਸੀਂ ਵੀ ਬੰਦੇ ਮਸਤੀ वेलकम बैक ब्रेक ਤੋਂ ਬਾਅਦ ਪ੍ਰੋਗਰਾਮ ਖਾਸ ਮੁਲਾਕਾਤ ਚ ਹਾਂਜੀ ਆ ਰਿਹਾ ਮਜ਼ਾ ਫਿਰ ਪ੍ਰੋਗਰਾਮ ਖਾਸ ਮੁਲਾਕਾਤ ਹੈ ਔਰ ਗੱਲਾਂ ਤੁਹਾਨੂੰ ਪਤਾ ਹੈ ਖਾਸ ਅੱਜ ਦਾ ਵਿਸ਼ਾ ਸਾਡਾ ਔਰ ਵਿਮਨ ਪਾਵਰ ਹਣਾ ਨਾਰੀ ਸ਼ਕਤੀ ਜਿਹਦੀ ਗੱਲ ਕਰਦੇ ਹੁੰਨੇ ਆ ਅਕਸਰ ਔਰ ਬਰਾਬਰੀ ਦਾ ਦਰਜਾ ਜਿਹੜੀਆਂ ਕਿ ਇਹ ਚੀਜ਼ਾਂ ਹੈਪਨ ਹੋ ਰਹੀਆਂ ਨੇ ਔਰ ਕਿਤੇ ਨਾ ਕਿਤੇ ਏ ਪੋਸੀਬਲ ਹੋ ਸਕਿਆ ਸਾਡੀ ਸਰਕਾਰ ਦੀ ਬਦੌਲਤ ਔਰ ਤੁਹਾਡੀ ਹੱਲਾਸ਼ੇਰੀ ਔਰ ਤੁਸੀਂ ਜਿਹੜੇ ਮੁਕਾਮ ਅਚੀਵ ਕੀਤੇ ਆ ਜਿਦੇ ਕਰਕੇ ਤੁਸੀਂ ਦੇਸ਼ ਦਾ ਨਾਮ ਰੋਸ਼ਨ ਕੀਤਾ ਆ ਆਪਣੇ ਘਰ ਦਾ ਕੀਤਾ ਮਾਪਿਓ ਦਾ ਕੀਤਾ ਕਿ ਹੋਰਾਂ ਨੂੰ ਵੀ ਹਿੰਮਤ ਮਿਲ ਸਕੇ ਕਿ ਉਹ ਵੀ ਆਪਣੇ ਘਰ ਦੇ ਵਿੱਚੋਂ ਨਿਕਲਣ ਆਪਣੇ ਸੁਪਨੇ ਨੂੰ ਪੂਰਾ ਕਰਨ ਸੋ ਤੁਹਾਡੇ ਲਈ ਹੈ ਇਹ ਐਪੀਸੋਡ ਸਪੈਸ਼ਲੀ ਤੇ ਉਜਾਗਰ ਜੀ ਦੇ ਨਾਲ ਗੱਲਾਂ ਬਾਤਾਂ ਦਾ سلسلہ ਕੰਟੀਨਿਊ ਕਰਦੇ ਆ ਜੀ ਉਜਾਗਰ ਜੀ ਹਾਂਜੀ ਅਸਾ ਰਿਦਮ ਜੀ ਮੈਂ ਗੱਲ ਕਰ ਰਿਹਾ ਸੀ ਪੂਨਮਦੀਪ ਕੌਰ ਬਾਰੇ ਤੁਹਾਨੂੰ ਦੱਸਿਆ ਜਿਹੜੀ ਦੂਜੀ ਲੜਕੀ ਇੱਥੇ ਪਟਿਆਲੇ ਦੀ ਹੈ ਉਹ ਹੈਗਾ ਪ੍ਰਨੀਤ ਕੌਰ ਸ਼ੇਰਗਿਲ ਹਾਂਜੀ ਪ੍ਰਨੀਤ ਕੌਰ ਸ਼ੇਰਗਿਲ ਪਟਿਆਲੇ ਤੇ ਪਹਿਲਾਂ ਉਹਨੇ ਇੱਥੇ ਹੀ ਸਰਵਿਸ ਕੀਤੀ ਹੈ ਇੱਥੇ ਹੀ ਟ੍ਰੇਨਿੰਗ ਕੀਤੀ ਹੈ ਤੇ ਮੈਂ ਉਸ ਨੂੰ ਬਹੁਤ ਨੇੜੇੋਂ ਕੰਮ ਕਰਦਿਆਂ ਦੇਖਿਆ ਤੇ ਉਹ ਉਹਦਾ ਜਿਹੜੀ ਬੈਕਗ੍ਰਾਉਂਡ ਆ ਪ੍ਰਨੀਤ ਕੌਰ ਸ਼ੇਰਗਿਲ ਦੀ ਉਹਦਾ ਜਿਹੜਾ ਫਾਦਰ ਸੀ ਉਹ ਵੀ ਕੁਪ ਬੜਾ ਸ਼ਹੀਦ ਹੋਇਆ ਸੀਗਾ ਅੱਛਾ ਜੀ ਤੇ ਉਹ ਵੀ ਬ੍ਰਿਗੇਡੀਅਰ ਸੀ ਤੇ ਉਹਦਾ ਤਾਇਆ ਪੰਜਾਬ ਹੈਲਥ ਸਿਸਟਮ ਕਾਰਪੋਰੇਟ ਆਫ ਦਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਿਹਾ ਅੱਛਾ ਜੀ ਤੇ ਸ਼ਵਿੰਦਰ ਸਿੰਘ ਮਤਲਬ ਉਹ ਕੁੜੀ ਜਰਨਲਿਸ ਸੀਗੀ ਉਸ ਨੂੰ ਵਰਕਿੰਗ ਦਾ ਸਾਰੇ ਦਾ ਪਤਾ ਹੈ ਉਹ ਉਹ ਤਾਂ ਇੱਕ ਵੱਡੀ ਉਹਦੇ ਵਿੱਚ ਹੋਰ ਇੱਕ ਉਹਦੇ ਲਈ ਜਿਵੇਂ ਕਹਿੰਦੇ ਨੇ ਵਾਧਾ ਹੋਇਆ ਉਹਦਾ ਜਿਹੜਾ ਸਹੁਰਾ ਪਰਿਵਾਰ ਆ ਉਹ ਪਟਿਆਲੇ ਵਿਆਹੀ ਗਈ ਆ ਤੁਸੀਂ ਵੀ ਜਾਣਦੇ ਹੋਗੇ ਇੱਕ ਅਮਰ ਸਿੰਘ ਕਬੋਜ ਹੁੰਦੇ ਸੀ ਪਟਿਆਲੇ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਹਸਤਾਖਸ਼ਰ ਆ ਬੜਾ ਵੱਡਾ ਨਾਮ ਆ ਅਮਰ ਆਸ਼ਰਮ ਉਹਨਾਂ ਦਾ ਹੁੰਦਾ ਸੀ ਜੀ 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 ਉਹ ਤਾਂ ਹੁਣ ਵੀ ਹੈਗਾ ਉਹਨਾਂ ਦਾ ਜਿਹੜਾ ਮਤਲਬ ਸਹਰਾ ਉਹ ਕਰਮਿੰਦਰਾ ਸਿੰਘ ਉਹਨੇ ਡਿਫਰੈਂਟ ਡੰਬ ਸਕੂਲ ਖੋੜਿਆ ਹੋਇਆ ਸੈਕਟ ਦੀ ਪ੍ਰੋਪਰਟੀ ਤੇ ਸਾਢੇ 400 ਡਿਫਰੈਂਟ ਡੰਬ ਬੱਚਾ ਲੜਕੇ ਤੇ ਲੜਕੀਆਂ ਪੜ੍ਹਦੇ ਨੇ ਉੱਥੇ ਤੇ ਨਾਲੇ ਉੱਥੇ ਹੀ ਰਹਿੰਦੇ ਨੇ ਬੋਰਟਿੰਗ 'ਚ ਜੀ ਤੇ ਉਹਦਾ ਮਤਲਬ ਜਿਹੜਾ ਹਸਬੰਡਾ ਸਿਮਰਜੀਤ ਸਿਮਰਤ ਸਿੰਘ ਉਹ ਵੀ ਇਹੀ ਕੰਮ ਕਰ ਰਿਹਾ ਸਵਾਸੇਵਾ ਦਾ ਕੰਮ ਕਰਦਾ ਕਹਿਣ ਤੋਂ ਮੇਰਾ ਭਾਵ ਹੈ ਵੀ ਉਸ ਕੁੜੀ ਨੇ ਜਦੋਂ ਉੱਥੇ ਫਤੇਕਰ ਸਾਹਿਬ ਉਹ ਡੀਸੀ ਲੱਗੀ ਤੇ ਜਦੋਂ ਹੜ ਆਇਆ ਹੁਣ ਹਰਦੇ ਵਿੱਚ ਉਹਨੇ ਐਡਾ ਵੱਡਾ ਵਧੀਆ ਕੰਮ ਕੀਤਾ ਕਿ ਉਹ ਪਾਣੀ ਦੇ ਵਿੱਚ ਵੀ ਜਾ ਕੇ ਲੋਕਾਂ ਦੀ ਮਦਦ ਕਰਦੀ ਰਹੀ ਕਿਉਂਕਿ ਅਫਸਰਾਂ ਨੂੰ ਜਿਹੜੇ ਬਾਕੀ ਜਿਹੜੇ ਜੁਨੀਅਰ ਸਟਾਫ ਹੁੰਦਾ ਉਹਨਾਂ ਨੂੰ ਵੀ ਭਵਸਰਾ ਮਿਲਦਾ ਜੇ ਇੱਕ ਅਧਿਕਾਰੀ ਉੱਥੇ ਜਾ ਕੇ ਕੰਮ ਕਰਦਾ ਫਿਰ ਤੀਜੀ ਜਿਹੜੀ ਕੁੜੀ ਹੈ ਉਹ ਹੈਗੀ ਸਾਡੇ ਫਾਜ਼ਿਲਕਾ ਡੀਸੀ ਲੱਗੀ ਹੈ ਸੈਨੂ ਕਪਲਾ ਦੁੱਗਲ ਉਹਦੀ ਮਦਰ ਇਥੇ ਪ੍ਰਿੰਸੀਪਲ ਰਹੀ ਹੈ ਸੰਗੀਤ ਪੈਬਲੀ ਨਾਲ ਉਹ ਔਰੂਮਨ ਕਾਲਜ ਦੀ ਸੁਰਿੰਦਰ ਕਪਲਾ ਆਪ ਬਹੁਤ ਅੱਛੀ ਸੰਗੀਤਕਾਰ ਹੈ ਤੇ ਉਸ ਲੜਕੀ ਨੇ ਮਤਲਬ ਇੰਨਾ ਵਧੀਆ ਕੰਮ ਕੀਤਾ ਉਥੇ ਮੈਂ ਉਹਨੂੰ ਪਬਲਿਕ ਰਿਲੇਸ਼ਨ ਸਾਡੇ ਰਹੀ ਆ ਉਹ ਪਬਲਿਕ ਰਿਲੇਸ਼ਨ ਚੋਂ ਜਾ ਕੇ ਆਈ ਐਸ ਬਣੀ ਆ ਰਾਤ ਬਰਾਤੇ ਪਬਲਿਕ ਰਿਲੇਸ਼ਨ ਦਾ ਕੰਮ ਬੜਾ ਟੀਡੀਐਸ ਹੁੰਦਾ ਰਾਤ ਬਰਾਤੇ ਕੰਮ ਕਰਦਾ ਕਰਨਾ ਪੈਂਦਾ ਉਹ ਬੜੀਆਂ ਇੰਪੋਰਟੈਂਟ ਸ਼ਾਖਾਾਂ ਵਿੱਚ ਕੰਮ ਕੀਤਾ ਉਹ ਫਿਰ ਜਦੋਂ ਫਾਜ਼ਿਲਕਾ ਜਾ ਕੇ ਆ ਸਾਰਾ ਪਾਣੀ ਜਿਹੜਾ ਇਧਰੋਂ ਜਾ ਕੇ ਰਾਵੀ ਸਤਲੁਜ ਦਾ ਜਿਹੜਾ ਜਾਂਦਾ ਉਥੇ ਫਿਰੋਜ਼ਪੁਰ ਜ਼ਿਲ੍ਹੇ ਜਾਂਦਾ ਫਾਜ਼ਿਲਕਾ ਜਾਂਦਾ ਉਥੇ ਵੀ ਉਹਨੇ ਇੱਕ ਜਿਹੜੀ ਲੜਕੀਆਂ ਲਈ ਜਿਹੜਾ ਕੰਮ ਕੀਤਾ ਸਕੂਲਾਂ ਜਾ ਕੇ ਲੜਕਿਆਂ ਨੂੰ ਪ੍ਰੇਰਿਤ ਕਰਨ ਲਈ ਉਹ ਬਹੁਤ ਅੱਛਾ ਕੰਮ ਕੀਤਾ ਉਹ ਬਹੁਤ ਅੱਛਾ ਕੰਮ ਕਰ ਰਹੀ ਆ ਉਹਨੂੰ ਮੈਂ ਦੇਖਿਆ ਤੇ ਚੌਥੀ ਲੜਕੀ ਹੈਗੀ ਜਿਹੜੀ ਤਰਨਤਾਰਨ ਡੀਸੀ ਲੱਗੀ ਹੋਈ ਆ ਬਲਦੀਪ ਕੌਰ ਜੀ ਬਲਦੀਪ ਕੌਰ ਦਾ ਜਿਹੜਾ ਫਾਦਰ ਵੀ ਇੱਥੇ ਸ਼ਹੀਨ ਜੱਜ ਰਿਹਾ ਸਰਦਾਰ ਬੈਂ ਸਿੰਘ 베ਦੀ ਬਹੁਤ ਬੜਾ ਸਟ੍ਰੇਟ ਫਾਰਟ ਬੜਾ ਇਮਾਨਦਾਰ ਸੀਗਾ ਤੇ ਉਹਦਾ ਜਿਹੜਾ ਹਸਬੰਡ ਆ ਉਹ ਇੱਥੇ ਡਿਪਟੀ ਚੀਫ ਇੰਜੀਨੀਅਰ ਆ ਬਿਜਲੀ ਬੋਰਡ ਚ ਬੜੇ ਅੱਛੇ ਫੈਮਿਲੀ ਨੇ ਬੜਾ ਅੱਛਾ ਡਿਸਪਲਿਨ ਚ ਇੱਕ ਚਾਰੇ ਕੁੜੀਆਂ ਨਾ ਕਿਉਂਕਿ ਇਹ ਦੋਨੋਂ ਕੁੜੀਆਂ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਪਹਿਲੀਆਂ ਦੀ ਫੌਜੀ ਬੈਕਗ੍ਰਾਉਂਡ ਆ ਪੇ ਹੈਗੀ ਇਸ ਕਰਕੇ ਉਹਨਾਂ ਨੂੰ ਅਨੁਸ਼ਾਸਨ ਚ ਨੇ ਇਹ ਵੀ ਕੁੜੀ ਅਨੁਸ਼ਾਸਨ ਚ ਇੱਕ ਸਾਡੇ ਅਮਰਤ ਕੌਰ ਗਿੱਲ ਆ ਜਿਹੜੀ ਉਹ ਪਟਿਆਲੇ ਦੇ ਵਿੱਚ ਰਹੀਆ ਬਹੁਤ ਅੱਛਾ ਕੰਮ ਕਰਦੀ ਸੀ ਲੜਕੀ ਹੈਰੀਟੇਜ ਦੇ ਵਿੱਚ ਵੀ ਕੀਤਾ ਕੰਮ ਕੀਤਾ ਇਹਨਾਂ ਚਾਰਾਂ ਕੁੜੀਆਂ ਨੂੰ ਇੱਥੇ ਤੁਸੀਂ ਪਟਿਆਲੇ ਦੇੋਂ ਹੈਰੀਟੇਜ ਮੇਲੇ ਲੱਗਦੇ ਦੇਖੇ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਇਹਨਾਂ ਨੇ ਬਹੁਤ ਸਵੇਰ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਪਤਾ ਵੀ ਇੱਕ ਫੰਕਸ਼ਨ ਆਯੋਜਿਤ ਕਰਨਾ ਹੋਵੇ ਕਿੰਨਾ ਔਖਾ ਉਹ 15-15 ਦਿਨ ਦੇ ਹੈਰੀਟੇਜ ਮੇਲੇ ਕਰਦੇ ਰਹੇ ਇਹ ਸਾਰਿਆਂ ਦਾ ਪ੍ਰਬੰਧ ਇਹ ਲੜਕੀਆਂ ਦੇਖਦੀਆਂ ਰਹੀਆਂ ਇਸ ਕਰਕੇ ਮਤਲਬ ਇਹਨਾਂ ਲੜਕੀਆਂ ਦਾ ਬਹੁਤ ਕਦਰਦਾਨ ਹੈ ਕੀ ਬਾਤ ਹੈ ਔਰ ਇਸ ਕਰਕੇ ਇਹਨਾਂ ਨੇ ਸਿਰਫ ਇਹ ਚਾਰ ਜਿਹੜੀ ਔਰਤਾਂ ਨੇ ਚਾਰ ਜਿਹੜੇ ਡੀਸੀਜ਼ ਨੇ ਜਿਹੜੇ ਪਟਿਆਲਾ ਤੋਂ ਨੇ ਉਹਨਾਂ ਦੀ ਜੀਵਨੀ ਨੂੰ ਬਹੁਤ ਨੇੜਿਓਂ ਦੇਖਿਆ ਉਹਨਾਂ ਦੇ ਸੰਘਰਸ਼ ਨੂੰ ਬਹੁਤ ਨੇੜਿਓਂ ਦੇਖਿਆ ਉਹਨਾਂ ਦੀ ਫੈਮਲੀ ਦੀ سپورਟ ਨੂੰ ਦੇਖਿਆ ਉਹਨਾਂ ਦੇ ਜਿਹੜੇ ਐਫਰਟਸ ਆ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਦੇ ਜਜ਼ਬੇ ਨੂੰ ਬਹੁਤ ਕਰੀਬ ਤੋਂ ਦੇਖਿਆ ਤਾਂ ਕਰਕੇ ਇਹਨਾਂ ਨੇ ਆਪਣੇ ਆਰਟੀਕਲ ਦੇ ਵਿੱਚ ਸਿਰਫ ਉਹਨਾਂ ਚਾਰ ਨੂੰ ਹੀ ਜ਼ਿਆਦਾਤਰ ਹਿਸ ਦਿੱਤੀ ਹੈ ਰਾਈਟ ਸਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਸਫਲ ਹੋਣ ਦੇ ਪਿੱਛੇ ਜਿਵੇਂ ਅੱਜ ਆਪਾਂ ਵਿਮਨਸ ਦੇ ਸਫਲ ਹੋਣ ਦੀ ਗੱਲ ਕਰ ਰਹੇ ਹਾਂ ਫੈਮਲੀ ਦਾ ਕੀ ਯੋਗਦਾਨ ਰਹਿੰਦਾ ਹੈ ਸਰ ਕਿਤੇ ਨਾ ਕਿਤੇ ਜਿਸ ਫੈਮਲੀ ਦਾ ਹੈੱਡ ਫਰੀडम फाइਟਰ ਹੋਵੇ ਜੀ ਉਹ ਫਰੀडम ਹਵਨਸ ਤੇ ਹਿੱਸਾ ਲਿਆ ਹੋਵੇ ਤੇ ਜਿਸ ਫੈਮਿਲੀ ਦੇ ਦੋ ਫੈਮਿਲੀ ਨੇ ਜਿਹੜੀਆਂ ਜਿਹੜੇ ਕਿ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਹੋਣ ਉਹਨਾਂ ਦੇ ਵਿੱਚ ਕਿੰਨਾ ਜੋਸ਼ ਹੁੰਦਾ ਕਿੰਨਾ ਹੌਸਲਾ ਹੁੰਦਾ ਜੇ ਸ਼ਹੀਦ ਆਪਾਂ ਦਾ ਕੈਦਨਾ ਬਹੁਤ ਸੌਖਾ ਹੁੰਦਾ ਪਰ ਉਸ ਨੂੰ ਬਰਦਾਸ਼ਤ ਕਰਨਾ ਉਸ ਤੋਂ ਪ੍ਰੇਰਣਾ ਲੈਣੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਤਾਂ ਕਹਿੰਦਾ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਕਦੇ ਵੀ ਨਹੀਂ ਖੁਸ਼ ਹੋ ਜਾਂਦਾ ਜਿਹੜਾ ਅਮਰ ਸਿੰਘ ਕੰਬੋ ਸੀਗਾ ਉਹਦਾ ਫਾਦਰ ਵੀ ਡਿਪਟੀ ਕਮਿਸ਼ਨਰ ਸੀਗਾ ਪਟਿਆਲੇ ਦਾ ਇਸ ਕਰਕੇ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਸਾਡੀ ਵਿਰਾਸਤ ਆ ਉਹਨਾਂ ਹਮੇਸ਼ਾ ਸਪੋਰਟ ਕਰਦੇ ਰਹੇ ਸੀ ਉਹ ਬੱਚਿਆਂ ਨੂੰ ਵੀ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਮਗਰ ਤੇ ਤਾਂ ਹੀ ਉਹਨਾਂ ਨੇ ਐਡਾ ਹੁਕਮ ਕੰਮ ਕੀਤਾ ਨਹੀਂ ਤਾਂ ਕੰਮ ਹੀ ਨਹੀਂ ਕਰਦੇ ਬੱਚੇ ਜਿਸ ਤਰ੍ਹਾਂ ਤੁਸੀਂ ਥੋੜੀ ਦੇਰ ਪਹਿਲਾਂ ਹੀ ਦੱਸਿਆ ਕਿ ਜਿੰਨੇ ਵੀ ਸਾਡੇ ਡਿਪਟੀ ਕਮਿਸ਼ਨਰ ਆ ਫੀਮੇਲ ਡਿਪਟੀ ਕਮਿਸ਼ਨਰਸ ਨੇ ਜਿਨ੍ਹਾਂ ਨੇ ਫਲਡਸ ਦੇ ਟਾਈਮ ਹੜ੍ਹਾਂ ਦੇ ਟਾਈਮ ਦੇ ਵਿੱਚ ਵੀ ਪਿੰਡਾਂ ਦੇ ਜਾ ਕੇ ਹਨਾ ਕਿੰਨੀ ਕੰਮ ਕੀਤੇ ਆ ਕਿੰਨਾ ਲੋਕਾਂ ਦੀ ਹੈਲਪ ਕੀਤੀ ਆ ਕਿੰਨਾ ਸਹਿਯੋਗ ਦਿੱਤਾ ਪ੍ਰਸ਼ਾਸਨ ਦੇ ਨਾਲ ਜਿੰਨੇ ਆਪ ਦੇ ਹੋਰ ਅਧਿਕਾਰੀ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾਇਆ ਹਨਾ ਸੋ ਜਿਨੇ ਤੁਸੀਂ ਕਿਹਾ ਕਿ ਉਹਨਾਂ ਨੂੰ ਘਰ ਦੇ ਵਿੱਚੋਂ ਹੱਲਾਸ਼ੇਰੀ ਮਿਲੀ ਆ ਕਿ ਚਾਹੇ ਘਰ ਦੇ ਵਿੱਚੋਂ ਬਲੀਦਾਨ ਦਿੱਤਾ ਗਿਆ ਦੇਸ਼ ਦੇ ਵਿੱਚ ਯੋਗਦਾਨ ਦਿੱਤਾ ਗਿਆ ਦੇਸ਼ ਦੇ ਲਈ ਸੇਵਾ ਕੀਤੀ ਗਈ ਆ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ એનર્ਜੀ ਆ ਉਹਨਾਂ ਦਾ ਜਿਹੜਾ ਉਹ ਆ ਉਹਨਾਂ ਦੇ ਅਧਿਕਾਰੀਆਂ ਦੇ ਉੱਪਰ ਉਹਦਾ ਇਫੈਕਟ ਪਿਆ ਹਨਾ ਕਿ ਉਹਨਾਂ ਤੋਂ ਪ੍ਰਭਾਵਿਤ ਹੋਏ ਕਿ ਇਹ ਕਰ ਰਹੇ ਨੇ ਸਾਡੇ ਉੱਚੇ ਅਫਸਰ ਕਰ ਰਹੇ ਨੇ ਤੇ ਸਾਨੂੰ ਵੀ ਇਹ ਚੀਜ਼ ਦੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਆਪ ਦੇ ਪੰਜਾਬ ਦੇ ਲੋਕਾਂ ਨੂੰ ਸਾਡੀ ਸਹਾਇਤਾ ਦਿੱਤੀ ਜਾ ਸਕੇ ਸੋ ਤਾਂ ਕਰਕੇ ਕਹਿੰਦੇ ਆ ਨਾ ਕਿ ਕੋਈ ਚੀਜ਼ ਵੀ ਆ ਅ ਵੈਸੇ ਤਾਂ ਅਕਸਰ ਜਿਹੜਾ ਵੀ ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੁੰਦੀ ਆ ਕਿ ਇੱਕ ਕਾਮਯਾਬ ਬੰਦੇ ਦੇ ਪਿੱਛੇ ਕਹਿੰਦੇ ਔਰਤ ਦਾ ਹੱਥ ਹੁੰਦਾ ਸੋ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਸਾਡੀ ਸਰਕਾਰ ਨੇ ਵੀ ਇਹੀ ਸੋਚਿਆ ਹੋਵੇਗਾ ਕਿ ਕੀ ਹੋ ਸਕਦਾ ਕੀ ਪਤਾ ਹੋਊਗਾ ਵੀ ਕਿ ਪੰਜਾਬ ਨੂੰ ਵੇਸੀ ਸਕਸੈਸ ਬਣਾਣਾ ਜੇ ਗੱਲ ਅਸੀਂ ਬਰਾਬਰੀ ਦੀ ਕਰਦੇ ਆਂ ਕਿਉਂ ਨਾ ਮੌਕੇ ਦੀ ਗੱਲ ਹੁੰਦੀ ਆ ਤੇ ਮੌਕੇ ਤੇ ਹੀ ਚੋਕਾ ਵੱਜ ਜਾਂਦਾ ਸੋ ਇਹ ਚੋਕੇ ਵੱਜ ਵੀ ਰਹੇ ਨੇ ਔਰ ਉਹਦੇ ਗਵਾਹ ਸਾਡੇ ਨਾਲ ਮੌਜੂਦ ਨੇ 우ਜਾਗਰ ਸਿੰਘ ਜੀ ਜਿਹੜੇ ਆਪਣੇ ਆਪਣੇ ਜ਼ੁਬਾਨ ਤੋਂ ਇਹ ਚੀਜ਼ਾਂ ਨੂੰ ਬਿਆਨ ਕਰ ਰਹੇ ਨੇ ਔਰ ਅੱਛਾ ਵੀ ਲੱਗ ਰਿਹਾ ਸੁਣ ਕੇ ਔਰ ਕਿਤੇ ਨਾ ਕਿਤੇ ਮੋਟੀਵੇਸ਼ਨ ਤੁ ਬੇਟੀ ਬਚਾਓ ਸਿਰਫ ਪੜੋ ਨਾ ਇਹਦੇ ਉੱਪਰ ਅਮਲ ਵੀ ਕਰੋ ਸੋ ਆਪਦੀ ਬੇਟੀ ਆਪਦੀ ਧੀ ਕੋਈ ਹੋਰ ਭੈਣ ਭਰਾ ਆ ਉਹਦੀ ਜਿਹੜੀ ਆ سپورਟ ਵੀ ਕਰੋ ਤੇ 우ਜਾਗਰ ਜੀ ਹੋਰ ਕੋਈ ਆਪਦੀ ਲਾਈਫ ਦਾ ਕੋਈ ਤਜਰਬਾ ਵਿਮਨਸ ਨੂੰ ਲੈ ਕੇ ਸਾਡੇ ਦੱਸ ਸਕਦੇ ਹੋ ਜੀ ਮੈਂ ਤੁਹਾਡੇ ਸਾਹਮਣੇ ਦੇਖਿਆ ਹੈ ਆਪਾਂ ਪਟਿਆਲੇ ਵਾਲਿਆਂ ਨੇ ਦੇਖਿਆ ਸਾਕਸ਼ੀ ਸਾਹਨੀ ਆ ਪਟਿਆਲੇ ਦੀ ਜਪਤੀ ਜੀ ਜੀ ਤੁਸੀਂ ਦੇਖੋ ਕਿੰਨਾ ਪੈਨਿਕ ਸੀ ਕਿੰਨਾ ਉਹਨਾਂ ਨੇ ਮੈਂ ਕਿਉਂਕਿ ਪਹਿਲੇ ਦੋ ਹੜ੍ਹਾਂ ਚ ਵੀ ਮੈਂ ਇੱਥੇ ਰਿਹਾ ਮੈਂ ਏਪੀਆਰ ਹੁੰਦਾ ਸੀ ਜੀ 80 uh, 88 ਦੇ ਵਿੱਚ ਜਦੋਂ ਹੜਾ ਆਏ ਨੇ ਉਦੋਂ ਵੀ ਮੈਂ ਇੱਥੇ ਸੀਗਾ ਜੀ 93 'ਚ ਮੈਂ ਡੀਪੀਆਰਓ ਸੀਗਾ ਜੀ ਮੈਂ ਉਦੋਂ ਵੀ ਦੇਖਿਆ ਹਮ ਲੋਕਾਂ ਦੇ ਵਿੱਚ ਬਹੁਤ ਡਰ ਸੀਗਾ ਪਰ ਇਹਨਾਂ ਦਾ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਲੋਕਾਂ ਦੇ ਵਿੱਚ ਕੋਈ ਪੈਨਿਕ ਪੈਦਾ ਨਹੀਂ ਹੋਣ ਦਿੱਤਾ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਉਹਤੇ ਸੂਚਨਾ ਤੁਸੀਂ ਹੈਰਾਨ ਹੋਵੋਗੇ ਇਹਨਾਂ ਨੇ ਜਿਹੜੇ ਵਲੰਟੀਅਰ ਸੀਗੇ ਜਾਂ ਸੋਸ਼ਲ ਕੰਮ ਕਰਨ ਵਾਲੇ ਸਸਤਾਵਾ ਸੀ ਉਹਨਾਂ ਦੇ ਨਾਲ WhatsApp ਤੇ ਉਹਨਾਂ ਦੇ ਉਹਨਾਂ ਨੂੰ ਜੋੜ ਲਿਆ ਆਪਣੇ ਨਾਲ ਜੇ ਕਿਸੇ ਦਾ ਕੋਈ ਕੁਐਸਚਨ ਹੁੰਦਾ ਸੀ ਉਹਨਾਂ ਨੂੰ ਉੱਥੇ WhatsApp ਤੇ ਤੁਰੰਤ ਜਵਾਬ ਦਿੰਦੇ ਸੀ ਅੱਜ ਮੈਂ ਦੇਖਿਆ ਵੀ ਇੱਕ ਵਾਰ ਆ ਭੀੜ ਮੋਤੀ ਬਾਗ ਆ ਜਿਹੜਾ ਇਹਦੇ ਕੋਲ ਇਹ ਜਾ ਰਿਹਾ ਸੀ ਆਪਣੀ ਗੱਡੀ ਚ ਗੱਡੀ ਪਾਣੀ ਚ ਘਿਰ ਗਈ ਸੀ ਜੀ ਮਤਲਬ ਇਵਨ ਜੇ ਜਿੰਦਗੀ ਮੌਤ ਦਾ ਸਵਾਲ ਸੀ ਪਰ ਉਹਦੇ ਮੌਤ ਦੇ ਮੂੰਹੋਂ ਚ ਨਿਕਲੇ ਕਿੱਥੇ ਵੀ ਕੋਈ ਇਨਸੀਡੈਂਟ ਹੋਈ ਉਥੇ ਮੌਕੇ ਤੇ ਪਹੁੰਚੇ ਹੋ ਉਹਨਾਂ ਦੀ ਛੋਟੀ ਜਿਹੀ 1.5 ਸਾਲ ਦੀ ਬੱਚੀ ਸੀ ਸੁੱਤੇ ਪਏ ਤੇ ਆ ਜਾਂਦੇ ਸੁੱਤੇ ਪਏ ਤੇ ਜਾਂਦੇ ਸੀ ਉਹ ਫੋਟੋਆਂ ਤੇ ਹੀ ਦੇਖਦੀ ਸੀ ਮੇਰੀ ਮਾਂ ਹੈ ਇਸ ਕਰ ਇਦਾਂ ਹੀ ਆ ਆਸ਼ਿਕਾ ਜੈਨ ਆਪਣੇ ਮੁਹਾਲੀ ਤੋਂ ਜੀ ਇੱਥੇ ਪ੍ਰੀਤੀ ਸਬਰੂ ਆ ਸਬਰੂ ਆ ਇਸ ਤਰ੍ਹਾਂ ਕੋਮਲ ਹੈਗੀ ਮਿੱਤਰ ਮਤਲਬ ਇਹ ਲੜਕੀਆਂ ਨੇ ਲੁਧਿਆਣੇ ਵਾਲੇ ਡੀਸੀ ਨੇ ਮਿਸ ਮਰਕ ਇਹ ਇਹ ਜਿਹੜੇ ਡੀਸੀ ਨੇ ਨਾ ਇਹਨਾਂ ਨੇ ਬਹੁਤ ਹੜਾਂ ਦੇ ਵਿੱਚ ਹਸ਼ਿਆਰਪੁਰ ਵਾਲੇ ਸਾਰਾ ਨੇ ਹੜਾ ਤਰਨ ਤਰਨ ਵਾਲੇ ਹੜਾ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਉਹ ਉਹ ਮਤਲਬ ਕੰਮ ਨੂੰ ਦੇਖ ਕੇ ਮਤਲਬ ਮੈਨੂੰ ਐਂ ਲੱਗਦਾ ਵੀ ਜਿਸ ਤਰ੍ਹਾਂ ਜੇ ਇਹ ਕੁੜੀਆਂ ਅੱਗੇ ਆ ਰਹੀਆਂ ਨੇ ਕੰਮ ਕੀਤਾ ਇਹਨਾਂ ਨੇ ਤੇ ਜਿਹੜੇ ਮਰਦ ਨੇ ਮੈਂ ਮੈਂ ਕਹਿੰਦਾ ਉਹਨਾਂ ਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਪੈਗੀ ਉਹ ਪ੍ਰੇਰਣਾ ਲੈਣਗੇ ਵੀ ਜੇ ਇਸਤਰੀਆਂ ਇਸ ਤਰ੍ਹਾਂ ਕੰਮ ਕਰ ਸਕਦੇ ਨੇ 50% ਸਾਡੇ ਸਮਾਜ ਦਾ ਹੈ ਜੇ ਉਹ ਕੰਮ ਕਰ ਸਕਦੇ ਆਸੀਂ ਕਿਉਂ ਨਹੀਂ ਕੰਮ ਕਰ ਸਕਦੇ ਇਸ ਕਰਕੇ ਹੋ ਸਾਡੇ ਨੌਜਵਾਨਾਂ ਨੂੰ ਲੜਕੀਆਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੀ ਬਿਲਕੁਲ ਜੀ ਔਰ ਇੱਥੇ ਗੱਲ ਸਿਰਫ ਅਸੀਂ ਡਿਪਟੀ ਕਮਿਸ਼ਨਰ ਦੀ ਨਹੀਂ ਕਰ ਰਹੇ ਨਾਰੀ ਸ਼ਕਤੀ ਦੀ ਕਰ ਰਹੇ ਹਾਂ ਔਰ ਨਾਰੀ ਸ਼ਕਤੀ ਜਿੱਥੇ ਅਸੀਂ ਘਰ ਦੀ ਗੱਲ ਕਰਦੇ ਹਾਂ ਹਰ ਚੀਜ਼ ਦੀ ਸ਼ੁਰੂਆਤ ਕਹਿੰਦੇ ਘਰ ਤੋਂ ਹੀ ਹੁੰਦੀ ਹੈ ਗੱਲ ਕਰੀਏ ਚਾਹੇ ਖੇਡਾਂ ਦੀ ਜੇ ਇੱਕ ਮਰਦ ਇੱਕ ਆਦਮੀ ਇੱਕ ਬੰਦਾ ਜੇ ਉਹ ਸ਼ੈਫ ਬਣ ਸਕਦਾ ਹੈ ਹਨਾ ਹੋਟਲਸ ਦੇ ਵਿੱਚ ਆਪਦੇ ਰੈਸਟੋਰੈਂਟ ਦੇ ਵਿੱਚ ਆਪ ਦੀ ਡਿਸ਼ਸ ਬਣਾ ਸਕਦਾ ਹੈ ਹਨਾ ਤੇ ਇੱਕ ਔਰਤ ਕੋਈ ਹੋਰ ਕਿਉਂ ਨਹੀਂ ਪਾਇਲਟ ਕਿਉਂ ਨਹੀਂ ਬਣ ਸਕਦੀ ਰਾਈਟ ਜੇ ਬੰਦਾ ਇੱਕ ਟੇਲਰ ਬਣ ਸਕਦਾ ਹੈ ਤਾਂ ਵੀ ਮਨ ਉਹ ਕੋਈ ਹੋਰ ਚੀਜ਼ ਕਿਉਂ ਨਹੀਂ ਬਣ ਸਕਦੀ ਰਾਈਟ ਤੇ ਸੋ ਇਹ ਇੱਕ ਚੀਜ਼ ਹੈ ਜਿਹੜੀ ਆਪਦੀ ਸੋਚ ਹੈ ਬਸ ਇਹਨੂੰ ਅਸੀਂ ਬਦਲਣਾ ਹੈ ਸਿਰਫ ਇੰਨਾ ਕੀ ਕਰਨਾ ਹੈ ਔਰ ਗੱਲ ਸਿਰਫ ਊਮਨਸ ਦੀ ਕਰ ਰਹੇ ਆਂ ਔਰ ਬਰਾਬਰੀ ਦੀ ਕਰ ਰਹੇ ਆਂ ਔਰ ਬਰਾਬਰੀ ਦਾ ਦਰਜਾ ਔਰ ਬਰਾਬਰ ਮੋਢੇ ਨਾਲ ਮੋਢਾ ਮਲਾ ਕੇ ਚੱਲਣਾ ਸੋ ਇਹੀ ਕਹਿਣਾ ਚਾਹੁੰਦੇ ਆਂ ਕਿ ਔਰਤਾਂ ਦਾ ਸਤਿਕਾਰ ਕਰੋ ਕਿਸੇ ਰੂਪ ਚ ਵੀ ਕਰੋ ਪਰ ਇਹਨਾਂ ਨੂੰ ਸੇਫ ਫੀਲ ਕਰਵਾਓ ਤੁਹਾਡੇ ਘਰ ਦੇ ਵਿੱਚ ਵੀ ਮਾਵਾਂ ਧੀਆਂ ਪੈਣਾ ਸਭ ਦੇ ਕਾਰਜ ਨੇ ਸੋ ਸਭ ਨੂੰ ਇੱਕ ਨਜ਼ਰ ਨਾਲ ਹੀ ਅਸੀਂ ਦੇਖੀਏ ਸੋ ਬਹੁਤ ਬਹੁਤ ਧੰਨਵਾਦ ਉਜਾਗਰ ਜੀ ਤੁਸੀਂ ਪ੍ਰੋਗਰਾਮ ਚ ਆਇਓ ਜੀ ਡੁੰਗੀਆਂ ਗੱਲਾਂ ਕੀਤੀਆਂ ਨੇ ਤੁਸੀਂ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਲਈ ਸਾਨੂੰ ਇਹਨਾਂ ਪਿਆਰ ਕਰਨ ਦੇ ਲਈ ਬਸ ਇਹ ਪਿਆਰ ਬਰਕਰਾਰ ਰੱਖਣਾ ਹੈ ਤੇ ਅਸੀਂ ਵੀ ਆਪਦੀ ਜ਼ਿੰਮੇਵਾਰੀ ਬਰਕਰਾਰ ਰੱਖਾਂਗੇ ਇਸੇ ਤਰ੍ਹਾਂ ਹਰ ਹਫ਼ਤੇ ਇਦਾਂ ਹੀ ਘੈਂਡ ਘੈਂਡ ਖਾਸ-ਖਾਸ ਸ਼ਖਸੀਅਤਾਂ ਨੂੰ ਲੈ ਕੇ ਆਂਦੇ ਰਾਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਾਵਾਂਗੇ ਵੱਖਰੇ-ਵੱਖਰੇ ਟੌਪਿਕਸ 'ਤੇ ਹਾਂ ਤੁਸੀਂ ਸਾਨੂੰ ਫੀਡਬੈਕਸ ਦਿੰਦੇ ਰਹਿਣਾ ਹੈ ਸੋ ਅੱਜ ਦੇ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਐਪੀਸੋਡ 'ਚ ਮੁਲਾਕਾਤ ਹੋਵੇਗੀ ਕਿਸੇ ਹੋਰ ਨਵੇਂ ਟੌਪਿਕ ਤੇ ਨਵੇਂ ਸਖਸ਼ੀਅਤ ਦੇ ਨਾਲ ਉਦੋਂ ਵਾਪਸ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਰਿਧਮ ਨੂੰ ਤੇ ਉਜਾਗਤ ਸਿੰਘ ਜੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖਾਸ ਮੁਲਾਕਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ 뮤직 ਐਂਟਰਟੇਨਮੈਂਟ ਸ਼ੋਅ ਜਿਾਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚਰਦੀ ਕਲਾ ਮੀਡੀਆ ਨੈਟਵਰਕ ਐਪ